ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਖੜ੍ਹੇ ਹਾਂ ਸਾਂਝਾ ਮੋਰਚਾ ਜੀਰਾ 'ਤੇ, ਜਿਹੜਾ ਕਿ ਜੀਰਾ ਸ਼ਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਪਿਛਲੇ 2 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਆਉਣ ਵਾਲੀ 24 ਤਰੀਕ ਨੂੰ ਸਾਨੂੰ 2 ਸਾਲ ਹੋ ਜਾਣੇ ਆ ਕਿ ਆਹ ਜਿਹੜੀ ਜ਼ਹਿਰ ਵਰਤਾਉਣ ਵਾਲੀ ਫੈਕਟਰੀ ਆ ਇਹਨੂੰ ਬੰਦ ਕਰਵਾਉਣ ਵਾਸਤੇ ਜਿਹੜੇ ਸੰਘਰਸ਼ ਵਿੱਚ ਡਟੇ ਹੋਏ ਹਾਂ। ਵੀਰੋ, ਇਹ ਡਟੇ ਅਸੀਂ ਤਾਂ ਤੁਹਾਡੇ ਸੰਯੋਗ ਨਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਹਾਰਾਜ ਦੇ ਸੰਯੋਗ ਨਾਲ, ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਮਿਹਰ ਨਾਲ ਅਸੀਂ ਲੋਕਲ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ 14 ਤਰੀਕ ਨੂੰ ਸ਼ਾਮ ਨੂੰ 3 ਵਜੇ ਸਾਂਝਾ ਮੋਰਚਾ ਜੀਰਾ 'ਤੇ ਆਪਣੇ ਲੋਕਲ ਬੰਦਿਆਂ ਦੀ ਮੀਟਿੰਗ ਆ, ਜੋ ਕਿ 24 ਤਰੀਕ ਨੂੰ ਆਪਾਂ ਫੈਸਲਾ ਲੈਣਾ ਵੀ 24 ਤਰੀਕ ਨੂੰ ਕੀ ਕਰਨਾ। ਸਾਰੇ ਹੀ ਵੀਰ, ਜਿੰਨੇ ਵੀ ਲੋਕਲ ਸੰਗਤ ਆ, ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ। ਅਤੇ ਇੱਕ ਵਾਰੀ ਫਿਰ ਨਵੀਂ ਰੂਪਰੇਖਾ ਦੇ ਵਾਸਤੇ 14 ਤਰੀਕ ਨੂੰ ਸ਼ਾਮ ਨੂੰ 3 ਵਜੇ ਸਾਂਝਾ ਮੋਰਚਾ ਜੀਰਾ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ, ਜਾਨੀ ਕਿ 14 ਤਰੀਕ ਐਤਵਾਰ ਸ਼ਾਮ ਨੂੰ 3 ਵਜੇ। ਅਗਲੀਆਂ ਬੇਨਤੀਆਂ ਮੇਰੇ ਨਾਲ ਦੇ ਸਾਥੀ ਸਰਪੰਚ ਸਾਹਿਬ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਕਾ ਨਿਵਾਸੀਓ, ਜੋ ਆਪਾਂ ਪ੍ਰਦੂਸ਼ਣ ਫੈਲਾਉਣ ਵਾਲੀ ਸ਼ਰਾਬ ਫੈਕਟਰੀ ਇਲਾਕੇ ਦੇ ਸਹਿਯੋਗ ਦੇ ਨਾਲ, ਕਿਸਾਨ ਜਥੇਬੰਦੀਆਂ, ਧਾਰਮਿਕ ਸਮਾਜਿਕ ਜਥੇਬੰਦੀਆਂ ਸਹਿਯੋਗ ਨਾਲ ਬੰਦ ਕਰਵਾਈ ਹੈ, ਉਹਦੇ ਸੰਬੰਧ ਦੇ ਵਿੱਚ ਆਪਾਂ 14 ਤਰੀਕ ਨੂੰ ਦਿਨ ਐਤਵਾਰ 3 ਵਜੇ ਸਾਂਝੇ ਮੋਰਚੇ ਤੱਕ ਮੀਟਿੰਗ ਬੁਲਾ ਰਹੇ ਹਾਂ, ਕਿਉਂਕਿ 24 ਤਰੀਕ ਨੂੰ ਆਪਣਾ ਜਿਹੜਾ 2 ਸਾਲ ਪੂਰੇ ਹੋ ਜਾਣੇ ਆ, ਉਹਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਨਾ ਕਿ ਉਸ ਦਿਨ ਆਪਾਂ ਕੀ ਕਰਨਾ। ਸੋ ਇਲਾਕੇ ਦੇ ਸੰਗਤਾਂ ਨੂੰ ਹੱਥ ਬੰਨ ਕੇ ਚਰਨਾਂ ਵਿੱਚ ਬੇਨਤੀ ਹੈ ਕਿ 14 ਤਰੀਕ ਨੂੰ ਦਿਨ ਐਤਵਾਰ ਸ਼ਾਮ ਦੇ 3 ਵਜੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਖੜ੍ਹੇ ਹਾਂ ਸਾਂਝਾ ਮੋਰਚਾ ਜੀਰਾ 'ਤੇ, ਜਿਹੜਾ ਕਿ ਜੀਰਾ ਸ਼ਰਾਬ ਫੈਕਟ ਨੂੰ ਬੰਦ ਕਰਵਾਉਣ ਦੇ ਵਾਸਤੇ ਪਿਛਲੇ 2 ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਆਉਣ ਵਾਲੀ 24 ਤਰੀਕ ਨੂੰ ਸਾਨੂੰ 2 ਸਾਲ ਹੋ ਜਾਣੇ ਆ ਕਿ ਆਹ ਜਿਹੜੀ ਜ਼ਹਿਰ ਵਰਤਾਉਣ ਵਾਲੀ ਫੈਕਟਰੀ ਆ ਇਹਨੂੰ ਬੰਦ ਕਰਵਾਉਣ ਵਾਸਤੇ ਜਿਹੜੇ ਸੰਘਰਸ਼ ਵਿੱਚ ਡਟੇ ਹੋਏ ਹਾਂ। ਵੀਰੋ, ਇਹ ਡਟੇ ਅਸੀਂ ਤਾਂ ਤੁਹਾਡੇ ਸੰਯੋਗ ਨਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਮਹਾਰਾਜ ਦੇ ਸੰਯੋਗ ਨਾਲ, ਧੰਨ ਧੰਨ ਭਗਤ ਬਾਬਾ ਦੁਨੀ ਚੰਦ ਜੀ ਮਿਹਰ ਨਾਲ ਅਸੀਂ ਲੋਕਲ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ 14 ਤਰੀਕ ਨੂੰ ਸ਼ਾਮ ਨੂੰ 3 ਵਜੇ ਸਾਂਝਾ ਮੋਰਚਾ ਜੀਰਾ 'ਤੇ ਆਪਣੇ ਲੋਕਲ ਬੰਦਿਆਂ ਦੀ ਮੀਟਿੰਗ ਆ, ਜੋ ਕਿ 24 ਤਰੀਕ ਨੂੰ ਆਪਾਂ ਫੈਸਲਾ ਲੈਣਾ ਵੀ 24 ਤਰੀਕ ਨੂੰ ਕੀ ਕਰਨਾ। ਸਾਰੇ ਹੀ ਵੀਰ, ਜਿੰਨੇ ਵੀ ਲੋਕਲ ਸੰਗਤ ਆ, ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ। ਅਤੇ ਇੱਕ ਵਾਰੀ ਫਿਰ ਨਵੀਂ ਰੂਪਰੇਖਾ ਦੇ ਵਾਸਤੇ 14 ਤਰੀਕ ਨੂੰ ਸ਼ਾਮ ਨੂੰ 3 ਵਜੇ ਸਾਂਝਾ ਮੋਰਚਾ ਜੀਰਾ 'ਤੇ ਪਹੁੰਚਣ ਦੀ ਕਿਰਪਾਲਤਾ ਕਰੋ, ਜਾਨੀ ਕਿ 14 ਤਰੀਕ ਐਤਵਾਰ ਸ਼ਾਮ ਨੂੰ 3 ਵਜੇ। ਅਗਲੀਆਂ ਬੇਨਤੀਆਂ ਮੇਰੇ ਨਾਲ ਦੇ ਸਾਥੀ ਸਰਪੰਚ ਸਾਹਿਬ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਕਾ ਨਿਵਾਸੀਓ, ਜੋ ਆਪਾਂ ਪ੍ਰਦੂਸ਼ਣ ਫੈਲਾਉਣ ਵਾਲੀ ਸ਼ਰਾਬ ਫੈਕਟਰੀ ਇਲਾਕੇ ਦੇ ਸਹਿਯੋਗ ਦੇ ਨਾਲ, ਕਿਸਾਨ ਜਥੇਬੰਦੀਆਂ, ਧਾਰਮਿਕ ਸਮਾਜਿਕ ਜਥੇਬੰਦੀਆਂ ਸਹਿਯੋਗ ਨਾਲ ਬੰਦ ਕਰਵਾਈ ਹੈ, ਉਹਦੇ ਸੰਬੰਧ ਦੇ ਵਿੱਚ ਆਪਾਂ 14 ਤਰੀਕ ਨੂੰ ਦਿਨ ਐਤਵਾਰ 3 ਵਜੇ ਸਾਂਝੇ ਮੋਰਚੇ ਤੱਕ ਮੀਟਿੰਗ ਬੁਲਾ ਰਹੇ ਹਾਂ, ਕਿਉਂਕਿ 24 ਤਰੀਕ ਨੂੰ ਆਪਣਾ ਜਿਹੜਾ 2 ਸਾਲ ਪੂਰੇ ਹੋ ਜਾਣੇ ਆ, ਉਹਦੇ ਬਾਰੇ ਆਪਾਂ ਵਿਚਾਰ ਵਟਾਂਦਰਾ ਕਰਨਾ ਕਿ ਉਸ ਦਿਨ ਆਪਾਂ ਕੀ ਕਰਨਾ। ਸੋ ਇਲਾਕੇ ਦੇ ਸੰਗਤਾਂ ਨੂੰ ਹੱਥ ਬੰਨ ਕੇ ਚਰਨਾਂ ਵਿੱਚ ਬੇਨਤੀ ਹੈ ਕਿ 14 ਤਰੀਕ ਨੂੰ ਦਿਨ ਐਤਵਾਰ ਸ਼ਾਮ ਦੇ 3 ਵਜੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।